सुल्तानपुर लोधी पुलिस नूं उस समय सफलता हाथ लगी जदों पुलिस ने लापता बच्चे नूं करीब अद्धे घंटे विच ही बरामद कर परिवार वालियां दे हवाले कर दिता। इस संबंधी जानकारी दिंदिया सिटी इंचार्ज ASI दलविंदर सिंह ने दस्सिया कि अमन नामक बच्चा ऑनलाइन पढ़ाई तों डर के घरों साइकिल लैके किते चला गया सी, जिस तों बाद परिवारक मैंबरां ने उस नूं बहुत लभ्या पर ओह ना मिलिया। जिस तों बाद जदों उन्हां नूं इस दी शिकायत मिली तां पुलिस ने आस पास दे CCTV फुटेज की जांच की। फिर एक सूचना के आधार पर बच्चे नूं उधम सिंह कपूरथला रोड नज़दीक तो अद्धे घंटे विच बरामद कर परिवार हवाले कर दिता गया। की मामला अज थाना सुल्तानपुर लोधी दे विच एक जतिंदर सिंह नाम का आदमी जो कि बिहार तो आके इत्थे सुल्तानपुर विच रह रहा है, उन्हें आके तलाह दी कि कल तो कल 2-9 तो मेरा लड़का गोमे घरों साइकिल ते गया सी पर अजे तक वापस नहीं आया। मैं अपने मुख अफसर साहब दे ध्यान च लिया के ते आपदी पुलिस पार्टी नूं नाल लैके घरे जाके पुछगिछ करके खुफिया सोर्सां दे राहीं असीं बच्चे नूं कोई करीब अद्धे पौने घंटे दे विच लभ के लिया के माता पिता दे हवाले कर दित्ता। कारण की सी सर बच्चे घरों जाना? कारण इह कि अज कल दे हालातां मुताबक ਜਿਹੜੇ ਸਕੂਲ ਔਨਲਾਈਨ ਕਲਾਸਾਂ ਲੱਗਦੀਆਂ ਉਹ ਇਹ ਬੱਚਾ ਘੱਟ ਲਾਉਂਦਾ ਸੀ, TV ਜ਼ਿਆਦਾ ਦੇਖਦਾ ਸੀ ਅਤੇ ਮਾਂ ਬਾਪ ਥੋੜ੍ਹਾ ਜਿਹਾ ਘੂਰਦੇ ਸੀ ਅਤੇ ਉਸ ਗੱਲੋਂ ਹੀ ਡਰਦਾ ਗੁੱਸਾ ਕਰਕੇ ਘਰੋਂ ਚਲਾ ਗਿਆ। ਇਹ ਕਿੱਥੋਂ ਹੋਇਆ ਬੱਚਾ ਬਰਾਮਦ? ਬੱਚਾ ਬਰਾਮਦ ਹੋਇਆ ਜੀ ਕਪੂਰਥਲਾ ਰੋਡ ਤੋਂ ਨੇੜੇ ਉਧਮ ਸਿੰਘ ਚੌਂਕ। ਉਧਰ ਲਾਪਤਾ ਹੋਏ ਬੱਚੇ ਦੇ ਮਾਤਾ ਪਿਤਾ ਨੇ ਪੁਲਿਸ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਲਾਪਤਾ ਹੋਏ ਬੱਚੇ ਅਮਨ ਕੁਮਾਰ ਨੇ ਦੱਸਿਆ ਕਿ ਉਸਨੂੰ ਔਨਲਾਈਨ ਪੜ੍ਹਾਈ ਔਖੀ ਲੱਗਦੀ ਸੀ ਜਿਸ ਕਾਰਨ ਉਹ ਘਰੋਂ ਚਲਾ ਗਿਆ ਸੀ। ਮੇਰਾ ਨਾਮ ਅਮਨ ਪਵਨ ਅਮਨ ਕੁਮਾਰ ਹੈ। ਮੈਂ ਗਲਤੀ ਦੇ ਨਾਲ ਘਰੋਂ ਦੀ ਚਲ ਗਿਆ ਸੀ। ਮੈਂ ਮੇਰੇ ਸਕੂਲ ਦੇ ਕੰਮ ਕਰਕੇ ਮੈਂ ਚੱਲ ਗਿਆ ਸੀ ਕਿਉਂਕਿ ਮੈਨੂੰ ਸਕੂਲ ਦਾ ਕੰਮ ਜ਼ਿਆਦਾ ਲੱਗਦਾ ਸੀ ਅਤੇ ਮੈਂ ਘਰ ਸਕੂਲ ਦਾ ਕੰਮ ਕਰਦਾ ਨਹੀਂ ਸੀ ਅਤੇ ਫੋਨ TV ਜ਼ਿਆਦਾ ਦੇਖਦਾ ਸੀ, ਇਸ ਲਈ ਮੈਂ ਘਰੋਂ ਦੀ ਚਲ ਗਿਆ ਸੀਗਾ ਸ਼ਾਮੀ। ਅਤੇ ਫਿਰ ਮੈਂ ਹੁਣ ਮੰਮੀ ਪਾਪਾ ਜੀ ਕੋਲ ਆ ਕੇ ਬਹੁਤ ਖੁਸ਼ ਹੈਗਾ। ਪੜ੍ਹਾਈ ਦੀ ਟੈਨਸ਼ਨ ਲੱਗਦੀ ਹੈ ਤੁਹਾਨੂੰ ਕਿਸੇ ਗੱਲ ਲੈ ਕੇ? ਹਾਂਜੀ। ਮੇਰਾ ਨਾਮ ਜਤਿੰਦਰ ਸਿੰਘ ਆ ਅਤੇ ਮੇਰੇ ਬੱਚੇ ਦਾ ਨਾਮ ਪਵਨ ਕੁਮਾਰ, ਜਿਹੜਾ ਕਿ ਕੱਲ੍ਹ 7:30 ਵਜੇ ਤੋਂ ਬਾਅਦ ਸਾਈਕਲ ਲੈ ਕੇ ਗਿਆ, ਵਾਪਸ ਨਹੀਂ ਆਇਆ। ਅਤੇ ਅਸੀਂ ਕਾਫੀ ਲੱਭਿਆ ਇੱਧਰ ਉੱਧਰ, ਕਾਫੀ ਜਗ੍ਹਾਵਾਂ 'ਤੇ ਦੇਖਿਆ ਅਤੇ ਰਿਸ਼ਤੇਦਾਰਾਂ ਨੂੰ ਵੀ ਫੋਨ ਕੀਤਾ ਅਤੇ ਕਿਤੇ ਗੱਲ ਨਹੀਂ ਬਣੀ। ਸਾਰੇ ਕਹਿੰਦੇ ਵੀ ਇੱਥੇ ਸਾਡੇ ਕੋਲ ਨਹੀਂ ਆਇਆ ਅਤੇ ਅਸੀਂ ਫਿਰ ਹੱਕ ਹਾਰ ਕੇ ਥਾਣੇ ਆਏ ਅੱਜ 6 ਵਜੇ 5 ਵਜੇ ਅਤੇ ਅਸੀਂ ਦਰਖਾਸਤ ਦਿੱਤੀ ਅਤੇ ਫਿਰ ਪੁਲਿਸ ਸਾਹਿਬਾਨ ਨੇ ਸਾਡੀ ਮਦਦ ਕੀਤੀ ਅਤੇ ਇਹਨਾਂ ਨੇ ਫਿਰ ਸਾਡੀ ਹੈਲਪ ਕੀਤੀ ਅਤੇ ਇਹਨਾਂ ਨੇ ਉੱਥੇ ਜਾ ਕੇ ਪੁੱਛਗਿੱਛ ਕੀਤੀ ਅਤੇ ਉੱਥੋਂ ਫਿਰ ਕੁਛ ਗੱਲਾਂ ਪਤਾ ਲੱਗੀਆਂ ਅਤੇ ਉਹਦੇ ਨਾਲ ਸਾਡਾ ਬੱਚਾ ਲੱਭ ਗਿਆ ਅੱਜ। ਅਸੀਂ ਪੁਲਿਸ ਵਾਲਿਆਂ ਕਿਸੇ ਬੱਚਾ ਘਰ ਜਾਂਦਾ ਇਹ ਅਸੀਂ ਔਨਲਾਈਨ ਪੜ੍ਹਾਈ ਹੁੰਦੀ ਸੀਗੀ ਅਤੇ ਅਸੀਂ ਇਹਨੂੰ ਸਵੇਰੇ ਜਦੋਂ ਅਸੀਂ ਕੰਮ 'ਤੇ ਜਾਣਾ ਤਾਂ ਇਹਨੂੰ ਫੋਨ ਦੇ ਜਾਣਾ ਅਤੇ ਅਸੀਂ ਇਹਨੂੰ ਇਹ ਕਹਿਣਾ ਵੀ ਤੇਰਾ ਕੰਮ ਆਇਆ ਵਾ। 2 ਪੇਜਾਂ ਦਾ 3 ਪੇਜਾਂ ਦਾ ਕੰਮ ਹੁੰਦਾ ਸੀ ਅਤੇ ਜਿਹੜਾ ਛੋਟਾ ਮੁੰਡਾ ਸੀ ਉਹ ਖਤਮ ਕਰ ਦਿੰਦਾ ਸੀ ਅਤੇ ਇਹ ਫੋਨ ਬੰਦ ਕਰਕੇ ਕਾਪੀ ਬੰਦ ਕਰਕੇ TV ਦੇਖਦਾ ਰਹਿੰਦਾ। ਪੁਲਿਸ ਦੀ ਕਾਰਵਾਈ ਸੰਤੁਸ਼ਟ ਹੋ? ਹਾਂਜੀ, ਪੁਲਿਸ ਦੀ ਕਾਰਵਾਈ ਸੰਤੁਸ਼ਟ ਹੋ? ਹਾਂਜੀ, ਬਹੁਤ ਖੁਸ਼ ਹਾਂ ਅਸੀਂ ਪੁਲਿਸ ਦੀ ਕਾਰਵਾਈ ਤੋਂ ਵੀ ਸਾਡੀ ਹੈਲਪ ਕੀਤੀ ਆ ਅਤੇ ਅਸੀਂ ਧੰਨਵਾਦੀ ਹਾਂ ਇਹਨਾਂ। ਬੱਚਾ ਗੁੰਮ ਕਰ ਕਿੰਨੇ ਵਜੇ ਕੱਲ੍ਹ? ਕੱਲ੍ਹ 7:30 ਵਜੇ। ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ ਵਰਲਡ ਫੇਮਸ ਮੌਲਾਨਾ ਬਜ਼ੀਰ ਖਾਨ ਜੀ ਜੋ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਹੱਲ। ਸਪੈਸ਼ਲਿਸਟ ਵਸ਼ੀਕਰ, ਲਵ ਮੈਰਿਜ, ਲੋਟਰੀ ਨੰਬਰ, ਮਨ ਚਾਹਿਆ ਪਿਆਰ, ਕਰਜ਼ੇ ਤੋਂ ਛੁਟਕਾਰਾ, ਵਿਦੇਸ਼ ਯਾਤਰਾ ਕੀਤਾ ਕਰਾਇਆ, ਸੌਂਤਣ ਦੁਸ਼ਮਣ ਤੋਂ ਛੁਟਕਾਰਾ, ਖੂਨ ਦੇ ਛਿੱਟੇ ਆਉਣੇ, ਪਤੀ ਪਤਨੀ ਵਿੱਚ ਅਣਬਣ, ਹਰ ਜਗ੍ਹਾ ਤੋਂ ਨਿਰਾਸ਼ ਹੋਏ ਲੋਕ ਇੱਕ ਵਾਰ ਜ਼ਰੂਰ ਫੋਨ ਕਰੋ। ਹਰ ਸਮੱਸਿਆ ਦਾ ਹੱਲ ਸਿਰਫ 21 ਘੰਟਿਆਂ 'ਚ 101% ਗਰੰਟੀ ਨਾਲ। ਉਮੀਦ ਦੀ ਆਖਰੀ ਕਿਰਨ ਮੌਲਾਨਾ ਬਜ਼ੀਰ ਖਾਨ। ਇੱਕ ਵਾਰ ਜ਼ਰੂਰ ਫੋਨ ਕਰੋ 83068 73505।